ਬਾਈ ਜੀ ਭਾਈ ਮੋਬਾਈਲ ਨੂੰ ਕੁਛ ਨਹੀਂ ਚਾਹੀਦਾ। ਬਾਈ ਜੀ ਕਿੱਥੇ ਲੈ ਕੇ ਜਾ ਰਹੇ ਜਿਪਸੀ ਥਾਣੇ? ਕਿੰਨਾ ਦੀ ਹੈ, ਕਿੰਨਾ ਦੀ ਹੈ? ਪਰੇਸ਼ਾਨੀ ਮੇਰੇ ਮੈਨੂੰ ਦੱਸ ਦਿਓ, ਮੇਰੇ ਨਾਲ ਜਿਪਸੀ ਆ, ਮੇਰੀ ਜਿਪਸੀ ਹੈਗੀ ਆ, ਕੀ ਪਰੇਸ਼ਾਨੀ ਭੈਣ? ਦੇ ਬੇਟਾ ਲਾਇਸੈਂਸ, ਮੇਰੀ ਗੱਡੀ 'ਚ ਪਈ ਆ ਆਰ ਸੀ ਦੇ ਦਿਓ। ਤੂੰ ਸਾਨੂੰ ਕਾਇੰਡਲੀ ਪਰੇਸ਼ਾਨ ਨਾ ਕਰੋ, ਸਾਨੂੰ ਆਪਣਾ ਕੰਮ ਕਰਨ ਦਿਓ, ਅਸੀਂ ਪੀਸਫੁੱਲ ਵੋਟਿੰਗ ਦੇ ਹਾਮੀ। ਪੁਲਿਸ ਦਾ ਕੰਮ ਹੈਗਾ ਸਭਾ ਪੀਸਫੁੱਲ ਤਰੀਕੇ ਦਾ, ਮੈਂ ਕੋਈ ਚੋਰ ਚੱਕਾ ਡਾਕੂ ਤਾਂ ਨਹੀਂ ਹੈਗਾ ਬਿਨਾਂ ਕਾਗਜ਼ਾਂ ਤੋਂ ਗੱਡੀ ਰੱਖਣ। ਮੈਂ ਕਦੇ ਵੀ ਨਹੀਂ ਭੈਣ ਬੋਲਿਆ ਪਾਓ, ਦੇ ਆਪਣਾ ਲਾਇਸੈਂਸ, ਦੇ ਆਰ ਸੀ ਦੇ ਗੱਡੀ। ਬਿਨਾਂ ਕਾਗਜ਼ਾਂ ਤੋਂ, ਬਿਨਾਂ ਕਿਸੇ ਡਾਕੂਮੈਂਟ ਤੋਂ ਕੋਈ ਗੱਡੀ ਨਹੀਂ ਰੱਖ ਸਕਦਾ। ਇਹ ਸਿਰਫ ਤੇ ਸਿਰਫ ਪੁਲਿਸ ਨੂੰ ਹੱਥ ਟੋਕਾ ਬਣਾ ਕੇ ਸਮੇਂ ਦੀ ਹਕੂਮਤ ਫਰਸਟ੍ਰੇਸ਼ਨ ਦੇ ਵਿੱਚੋਂ, ਹਤਾਸ਼ਪੁਣੇ ਦੇ ਵਿੱਚੋਂ ਇਹ ਕੁਝੀਆਂ ਹਰਕਤਾਂ ਦੇ ਆਏ ਹੋਏ ਆ। ਸਿਰਫ ਜਿਹੜਾ ਲੋਕਾਂ ਦਾ ਰਾਜਾ ਵੜਿੰਗ ਨੂੰ ਪਿਆਰ ਲੱਖਾਂ ਦੀ ਗਿਣਤੀ ਦੇ ਵਿੱਚ ਜਾ ਰਿਹਾ, ਉਹਨੂੰ ਦੇਖ ਕੇ ਹਤਾਸ਼ ਆ। ਨਥਿੰਗ ਐਲਸ, ਸਾਡੇ ਕੋਲ ਸਾਰੀਆਂ ਗੱਡੀਆਂ ਦੇ ਕਾਗਜ਼ਾਤ ਆ, ਐਂਡ ਮੇਰੇ ਨਾਲ ਕੋਈ ਇੱਕ ਬੰਦਾ ਵੀ ਆਊਟਸਾਈਡਰ ਨਹੀਂ, ਸਾਰੇ ਵੋਟਰ ਹੈਗੇ। ਕੀ ਲੱਗਦਾ ਜੀ, ਜਿਸ ਤਰੀਕੇ ਦੇ ਨਾਲ ਕਾਗਜ਼ਾਂ ਦੀ ਡਿਮਾਂਡ ਕੀਤੀ ਗਈ, ਗੱਡੀਆਂ ਤੋਂ ਕਾਗਜ਼ ਤੁਹਾਡੇ ਸਾਹਮਣੇ ਦਿਖਾ ਦਿੱਤੇ? ਇਹ ਸਿਰਫ ਅਟੈਨਸ਼ਨ ਡਾਈਵਰਟ ਕਰਨ ਲਈ, ਸਾਡਾ ਸਮਾਂ ਵੇਸਟ ਕਰਨ ਵਾਸਤੇ। ਸੱਤਾਧਾਰੀ ਲੋਕਾਂ ਦੀ ਹੱਥ ਠੋਕਾ ਬਣੀ ਪੁਲਿਸ ਇਹ ਕਰਤੂਤਾਂ ਕਰ ਰਹੀ ਆ।
ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਜ਼ਰੀਏ ਰਿਕੁਐਸਟ ਕਰੂੰਗਾ ਕਾਈਂਡਲੀ ਪੀਸਫੁਲ ਤਰੀਕੇ ਦੇ ਨਾਲ ਲੋਕ ਰਾਜਾ ਵੜਿੰਗ ਨੂੰ ਵੱਡੀ ਗਿਣਤੀ 'ਚ ਵੋਟ ਕਾਸਟ ਕਰ ਰਹੇ ਆ, ਇਨਸ਼ੋਰ ਕਰੋ ਕਿ ਪਲੀਜ਼ ਜਿਹੜੀ ਹੱਥ ਥੋਕਾ ਬਣੀ ਉਹ ਬਣੇ ਨਾ। ਗੜਬੜੀ ਅਸੀਂ ਕਦੇ ਕਰਾਈ ਨਹੀਂ ਗੀ, ਅਸੀਂ ਤਾਂ ਗੜਬੜੀ ਕਰਨ ਵਾਲਿਆਂ ਦੇ ਸਖ਼ਤ ਬਰਖਿਲਾਫ਼ ਹੈਗੇ ਹਾਂ। ਅਸੀਂ ਤਾਂ ਲੋਕਾਂ ਨੂੰ ਕਵਾਂਗੇ ਪੀਸਫੁਲ ਤਰੀਕੇ ਦੇ ਨਾਲ ਡੈਮੋਕ੍ਰੇਟਿਕ ਤੰਤਰ ਦੇ ਅੰਦਰ ਵੋਟ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਜਿਹਨੂੰ ਵੋਟ ਪਾਉਣੀ ਹੈ, ਪਰ ਸੱਤਾਧਾਰੀ ਅਤੇ ਵੱਡੀਆਂ ਪਾਰਟੀਆਂ ਨੂੰ ਇਸ ਗੱਲ ਦਾ ਇਸ਼ਾਰਾ ਵੀ ਰਾਜਾ ਵੜਿੰਗ ਨੂੰ ਵੋਟ ਬਹੁਤ ਵੱਡੀ ਪੱਧਰ 'ਤੇ ਪੈ ਰਹੀ, ਇਸ ਲਈ ਉਹ ਡਿਸਟਰਬ ਕਰਨ ਦਾ ਯਤਨ ਕਰ। ਤੁਸੀਂ ਅੰਦਰ ਗਏ ਸੀ, ਬੂਥ 'ਤੇ ਦੇਖ ਕੇ ਆਏ ਹੋ ਤੁਸੀਂ ਸਾਰਾ ਕੁਛ? ਮੈਂ ਆਪਣੀ ਵੋਟ ਪਾ ਕੇ ਆਇਆ, ਬਿਲਕੁਲ ਸਹੀ ਆ ਜੀ ਕੰਮ। ਸਰ ਵੱਡੀ ਗਿਣਤੀ ਵੀ ਪੁਲਿਸ ਆਈ ਆ ਗੱਡੀ ਚੈੱਕ ਕਰਨ ਵਾਸਤੇ, ਅਤੇ ਗੱਡੀ ਮੈਂ ਕਿਹਾ ਇੱਕ ਵਾਰੀ ਛੱਡ, ਪੁਲਿਸ 100 ਵਾਰੀ ਚੈੱਕ ਕਰ ਲਵੇ। ਮੇਰੇ ਕੋਲ ਕੋਈ ਆਊਟਸਾਈਡਰ ਨਹੀਂ, ਮੇਰੀ ਗੱਡੀ ਦੇ ਵਿੱਚ ਕੋਈ ਗੈਰ ਕਾਨੂੰਨ ਸਮਾਨ ਨਹੀਂ ਗਾ, ਸੋ ਇਹ ਤਾਂ ਸਿਰਫ ਸਾਡਾ ਟਾਈਮ ਵੇਸਟ ਕਰ ਰਹੇ ਆ।